ਕੋਈ ਲੇਡੀ ਜੀ ਨਸ਼ੇ 'ਚ ਟੰਨ ਹੋ ਕੇ ਪਈ ਸੀਗੀ ਪਾਰਕਿੰਗ 'ਚ ਤੇ ਲੋਕਾਂ ਨੇ ਆਖਿਆ ਵੀ ਇਹ ਕਿਤੇ ਬਿਮਾਰ ਮੂਰਤ ਜਾਂ ਫਿਰ ਇਹਨੂੰ ਕਾਲ-ਕੂਲ ਕਰ ਦਿੰਨੇ ਪੁਲਿਸ ਨੂੰ ਵੀ ਕੋਈ ਦੁਖੀ ਦਖੀ ਹੋਣੀ ਆ ਪਰ ਜਦੋਂ ਪੁਲਿਸ ਨੇ ਆ ਕੇ ਦੇਖਿਆ ਵੀ ਇਹ ਤਾਂ ਪੂਰੀ ਟੱਲੀ ਪਈ ਆ ਤੇ ਫਿਰ ਉਹ ਭੱਜ ਗਈ ਜੀ ਤੇ ਭੱਜੀ ਤੇ ਕਾਰਾ-ਕੂਰਾ ਠੋਕ ਦੇ ਗਈ ਕਾਫੀ ਕਾਰਾ-ਕੂਰਾ ਭੰਨ ਵੀ ਦਿੱਤਿਆਂ ਇਹ ਟੱਲੀ ਕਿਵੇਂ ਹੋ ਗਈ ਹਾਂਜੀ ਬ੍ਰਦਰ ਸਾਹਿਬ ਨਸ਼ੇ ਦੇ ਵਿੱਚ ਧੋਤਕ ਲੇਡੀ ਡਰਾਈਵਰ ਨੇ ਸੀਨ ਕ੍ਰੀਏਟ ਕੀਤਾ ਪੁਲਿਸ ਦੀਆਂ ਕਾਰਾਂ ਭੰਨੀਆਂ ਇਹ ਲੇਡੀ ਨੂੰ ਪੁਲਿਸ ਨੇ ਰੈਸਟ ਕਰ ਲਿਆ ਜਿਹਨੇ ਟਿਊਜ਼ਡੇ ਨੂੰ ਇਹ ਬਖੇੜਾ ਖੜਾ ਕੀਤਾ ਸੀਗਾ ਘਟਨਾ ਇਹ ਫਰੇਜ਼ਨੋ ਦੀ ਹੈ ਜੀ ਦਰਅਸਲ ਕਿੰਗਸ ਕੈਨੇਨ ਆ ਦੇ ਉੱਤੇ ਏਐਮਪੀਐਮ ਸਟੋਰ ਤੋਂ ਕਿਸੇ ਨੇ ਕਾਲ ਕਰਕੇ ਪੁਲਿਸ ਨੂੰ ਰਿਪੋਰਟ ਕੀਤਾ ਕਿ ਇੱਕ ਵੂਮਨ ਆਪਣੇ ਵਾਹਨ ਦੇ ਵਿੱਚ ਅਨਕੌਂਸ਼ੀਅਸ ਪਈ ਹੋਈ ਆ ਉਹਦੀ ਸੁੱਧਬੁੱਧ ਹੈ ਨਹੀਂ ਬਿਉਸ਼ ਆ ਇਹ ਨਾ ਹੋਵੇ ਕਿ ਉਹਨੂੰ ਕੁਝ ਹੋ ਜਵੇ ਦੇਖੋ ਉਹਨੂੰ ਉਹਦੀ ਮੈਡੀਕਲ ਕੰਡੀਸ਼ਨ ਕੀ ਹੈ ਗੈਸ ਪੰਪ ਦੀ ਪਾਰਕਿੰਗ ਦਾ ਉਹਨਾਂ ਨੇ ਐਡਰੈਸ ਦਿੱਤਾ ਸੀ ਕਿ ਗੈਸ ਪੰਪ ਦੇ ਪਾਰਕਿੰਗ ਲਾਟ ਦੇ ਵਿੱਚ ਇਹਦੀ ਗੱਡੀ ਖੜੀ ਹੋਈ ਹੈ ਜਦੋਂ ਬਰਾੜ ਸਾਹਿਬ ਉੱਥੇ ਆਫੀਸਰ ਆਏ ਲੇਡੀ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਆਫੀਸਰ ਨੇ ਇਹ ਅੰਦਾਜ਼ਾ ਲਗਾ ਲਿਆ ਕਿ ਇਹ ਸੁੱਤੀ ਨਹੀਂ ਹੈਗੀ ਇਹ ਨਸ਼ੇ ਦੇ ਵਿੱਚ ਟੱਲੀ ਹੈ ਇਹਨੇ ਕੋਈ ਕੰਟਰੋਲਡ ਸਬਸਟੈਂਸ ਯੂਜ਼ ਕੀਤਾ ਹੋਇਆ ਹੈ ਉਹਦਾ ਕਾਰਨ ਨਹੀਂ ਸੀ ਕਿ ਇੱਕ ਤਾਂ ਇਹ ਹਰਕਤਾਂ ਅਜੀਬੋ-ਗਰੀਬ ਕਰਨ ਲੱਗ ਪਈ ਜਦੋਂ ਉੱਠੀ ਦੂਸਰਾ ਕਾਰ ਦੀ ਫਰੰਟ ਸੀਟ ਦੇ ਉੱਤੇ ਆਫੀਸਰ ਨੇ ਇੱਕ ਸਰਿੰਜ ਵੀ ਦੇਖ ਲਈ ਪਈ ਹੋਈ ਸੋ ਆਫੀਸਰ ਨੂੰ ਸ਼ੋਰ ਹੋ ਗਿਆ ਕਿ ਇਹਨੇ ਨਸ਼ਾ ਕੀਤਾ ਹੋਇਆ ਹੈ ਆਫੀਸਰ ਨੇ ਲੇਡੀ ਨੂੰ ਰਿਕੁਐਸਟ ਕੀਤੀ ਕਿ ਉਹ ਕਾਰ ਤੋਂ ਬਾਹਰ ਆ ਜਾਵੇ ਤਾਂ ਕਿ ਉਹਦਾ ਸੋਬਰਟੀ ਟੈਸਟ ਆ ਉਹ ਕੰਡਕਟ ਕੀਤਾ ਜਾ ਸਕੇ ਪਤਾ ਲੱਗੇ ਕਿ ਇਹਨੇ ਕਿਹੜੀ ਡਰੱਗ ਲਈ ਹੈ ਤੇ ਕਿੰਨੀ ਕੇਤੇ ਨਸ਼ਾ ਹੈਗਾ ਪਰ ਇਹਨੇ ਬਾਹਰ ਆਉਣ ਤੋਂ ਮਨਾਂ ਕਰ ਦਿੱਤਾ ਤੇ ਇਹਨੇ ਪਾਰਕਿੰਗ ਲਾਟ ਤੋਂ ਬਾਹਰ ਵਾਲੇ ਪਾਸੇ ਨੂੰ ਡਰਾਈਵ ਕਰਨਾ ਸ਼ੁਰੂ ਕਰ ਦਿੱਤਾ ਬਾਅਦ ਚ ਐਵੈਨਿਊ ਤੋਂ ਈਸਟ ਬਾਉਂਡ ਲੇਨ ਦੇ ਉੱਤੇ ਇਹ ਡਰਾਈਵ ਕਰਦੀ ਗਈ ਡਰਾਈਵ ਇਹ ਬਹੁਤ ਅਜੀਬੋ ਗਰੀਬ ਤਰੀਕੇ ਨਾਲ ਕਰ ਰਹੀ ਸੀਗੀ ਆਫੀਸਰਸ ਇਹਨੂੰ ਚੇਸ ਕਰਨ ਲੱਗੇ ਹੋਰ ਵੀ ਬੈਕਅਪ ਮੰਗਵਾਇਆ ਗਿਆ ਉਹਨਾਂ ਚਿਹਰੇ ਨੂੰ ਚੇਸ ਕਰਦੇ ਰਹੇ ਜਿੰਨਾਂ ਚ ਰੱਗਿਓ ਇੱਕ ਸਕੂਲ ਬੱਸ ਨਹੀਂ ਉਹਨਾਂ ਨੂੰ ਦੱਸੀ ਜਦੋਂ ਸਕੂਲ ਬੱਸ ਇਹਨਾਂ ਦੇਖੀ ਕਿ ਵੈਸਟ ਬੌਂਡ ਲੇਨ ਤੇ ਆ ਰਹੀ ਹੈ ਤਾਂ ਇਹਨਾਂ ਨੇ ਸੋਚਿਆ ਕਿ ਇਹਦੀ ਬੇਵਕੂਫੀ ਬੱਚਿਆਂ ਦੀ ਜਾਨ ਲੈ ਸਕਦੀ ਹੈ ਤੇ ਚਿਲड्रन ਸੇਫਟੀ ਦੇ ਲਈ ਅਫਸਰ ਨੇ ਇਹਦੇ ਗੱਡੀ ਅੱਗੇ ਲਾ ਕੇ ਸਲੋ ਕਰ ਦਿੱਤੀ ਪਰ ਇਹਨੇ ਜਮੇ ਗੌਰ ਨਹੀਂ ਕੀਤਾ ਜੀ ਇਹਨੇ ਪਹਿਲਾਂ ਅਗਲੀ ਗੱਡੀ ਸੀ ਉਹ ਠੋਕੀ ਫਿਰ ਇਹਨੇ ਨਾਲ ਦੀ ਨਾਲ ਰਿਵਰਸ ਕਰਨਾ ਸ਼ੁਰੂ ਕਰ ਦਿੱਤਾ ਜਿਹੜਾ ਪਿੱਛੇ ਪੁਲਿਸ ਕਰੂਜ਼ਰ ਸੀਗਾ ਫਿਰ ਉਹਦੇ ਵਿੱਚ ਇਹਨੇ ਕਾਰ ਰੈਮ ਕੀਤੀ ਹੁਣ ਜਿੰਨਾ ਚਿਰ ਅੱਗੇ ਤੇ ਪਿੱਛੇ ਥਾਣ ਹੀ ਬਣੀ ਇਹ ਲਗਾਤਾਰ ਕਦੇ ਅੱਗੇ ਨੂੰ ਕਰਕੇ ਅਗਲੀ ਗੱਡੀ ਨੂੰ ਠੋਕਦੀ ਕਦੇ ਬੈਕ ਕਰਕੇ ਪਿਛਲੀ ਗੱਡੀ ਦੇ ਵਿੱਚ ਠੋਕਦੀ। ਉਹਨਾਂ ਚਿਰ ਇਹਨੇ ਇਹ ਹਰਕਤ ਜਾਰੀ ਰੱਖੀ ਜਦੋਂ ਤੱਕ ਇਹਦੀ ਕਾਰ ਡਿਸੇਬਲ ਨਹੀਂ ਹੋ ਗਈ। ਪੁਲਿਸ ਨੇ ਦੁਬਾਰਾ ਇਹਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਰਿਕੁਐਸਟ ਕੀਤੀ ਪਰ ਇਹਨੇ ਫੇਰ ਰਿਫਿਊਜ਼ ਕਰ ਦਿੱਤੀ। ਇੰਨਾ ਕੁ ਸੀਨ ਕ੍ਰੀਏਟ ਹੋਇਆ ਬਰਾੜ ਸਾਹਿਬ ਕਿ ਉੱਥੇ ਕ੍ਰਾਈਸਿਸ ਨੇਗੋਸ਼ੀਏਟਰਸ ਨੂੰ ਸੱਦਣਾ ਪਿਆ। ਉਹਨਾਂ ਨੂੰ ਵੀ ਪਹਿਲਾਂ ਇਹਨੇ ਆਪਣਾ ਨਾਈਫ ਫਲੈਸ਼ ਕੀਤਾ ਕਿ ਦੇਖੋ ਮੇਰੇ ਕੋਲੇ ਚਾਕੂ ਆ ਨੁਕਸਾਨ ਕਰ ਦੂੰਗੀ। ਪਰ 3:00 ਵਜੇ ਜਾ ਕੇ ਇਹਨੇ ਉਹਨਾਂ ਨੂੰ ਸਰੈਂਡਰ ਕਰ ਦਿੱਤਾ ਫਿਰ ਪੁਲਿਸ ਨੇ ਇਸ ਲੇਡੀ ਨੂੰ ਆਪਣੀ ਕਸਟਡੀ ਦੇ ਵਿੱਚ ਲੈ ਲਿਆ ਤੇ ਕਸਟਡੀ ਦੇ ਵਿੱਚ ਲੈ ਕੇ ਜੀ ਨੂੰ ਫਰਜਨੋ ਕਾਉਂਟੀ ਜੇਲ ਭੇਜ ਦਿੱਤਾ ਗਿਆ ਇਹਦੇ ਤੇ ਜਿਹੜੇ ਇਨੀਸ਼ੀਅਲ ਚਾਰजेस ਲੱਗੇ ਆ ਓ ਡੀਯੂਆਈ ਡਰਾਈਵਰ ਅੰਡਰ ਇਨਫਲੂਐਂਸ ਤੇ ਅਸੌਲਟ ਦੇ ਚਾਰजेस ਲੱਗੇ ਐ ਬਿਲਕੁਲ ਜੀ ਇੱਥੇ ਆਪਾਂ ਦੇਖਿਆ ਕਾਫੀ ਬੰਦੇ ਨੇ ਤਾਂ ਟੱਲੀ ਘੱਟ ਹੁੰਦੇ ਦੇਖੇ ਤੇ ਇੱਥੇ ਔਰਤਾਂ ਜ਼ਿਆਦਾ ਟੱਲੀ ਹੁੰਦੀਆਂ ਦੇਖੀਆਂ ਤੇ ਪਹਿਲਾਂ ਵੀ ਆਪਾਂ ਜਿਹੜੀ ਖਬਰ ਕੀਤੀ ਸੀ ਉਸ 'ਚ ਵੀ ਮੈਡਮ ਜੀ ਟੱਲੀ ਸੀਗੇ ਤੇ ਟੱਲੀ ਹੋਣ ਦਾ ਜਿਹੜਾ ਸੱਭਿਆਚਾਰ ਆ ਜ਼ਿਆਦਾ ਨਹੀਂ ਲੱਗਦਾ ਅੰਦਰ ਪਰ ਸੋ ਮੈਨੂੰ ਇਹ ਲੱਗਦਾ ਕਿ ਟੱਲੀ ਤਾਂ ਚਲੋ ਸਾਰੇ ਬਰਾਬਰ ਦੇ ਹੁੰਦੇ ਹੋਣਗੇ ਪਰ ਜਿਹੜੇ ਆਪਾਂ ਖਬਰਾਂ 'ਚ ਦੇਖਿਆ ਕਈ ਵਾਰੀ ਬੰਦੇ ਬਚ ਕੇ ਨਿਕਲ ਜਾਂਦੇ ਹੋਣਗੇ ਤੇ ਜਿਹੜੀਆਂ ਇਹ ਆਪਾਂ ਦੇਖਿਆ ਕਿ ਲੇਡੀਜ਼ ਇਹ ਫਸ ਗਈਆਂ ਨੇ ਕਲਚਰ ਤਾਂ ਹੈਗਾ ਜੀ ਪਰ ਇਥੇ ਕਾਨੂੰਨ ਬੜਾ ਸਖਤ ਆਪਾਂ ਦੇਖਿਆ ਕਿ ਡੀਯੂਆਈ ਦੇ ਉੱਤੇ ਜਦੋਂ ਡਰਾਈਵਰ ਅੰਡਰ ਇਨਫਲੂਐਂਸ ਹੋਵੇ ਤਾਂ ਉਹਦਾ ਲਾਇਸੈਂਸ ਵੀ ਸਸਪੈਂਡ ਹੋ ਜਾਂਦਾ ਤੇ ਕਈ ਵਾਰੀ ਉਹਨੂੰ ਲੰਬੇ ਸਮੇਂ ਤੱਕ ਉਹ ਤੋਂ ਲਾਇਸੈਂਸ ਦੂਰ ਰੱਖਿਆ ਜਾਂਦਾ ਤੇ ਹੋਰ ਵੀ ਇਹਦੇ ਮੇਰੇ ਖਿਆਲ ਦਾ ਪੁਆਇੰਟ ਵਗੈਰਾ ਦਾ ਵੀ ਇਸ਼ੂ ਹੁੰਦਾ ਕਈ ਸਾਰੇ ਨੁਕਸਾਨ ਹੋ ਜਾਂਦੇ ਆ ਸੋ ਕਦੇ ਵੀ ਪਾਈ ਪਹਿਲੀ ਸਭ ਤੋਂ ਪਹਿਲੀ ਗੱਲ ਤੇ ਆ ਕਿ ਕੰਟਰੋਲਡ ਸਬਸਟੈਂਸ ਯੂਜ਼ ਹੀ ਕਿਉਂ ਕਰਨਾ ਜੇ ਤੁਹਾਨੂੰ ਕੋਈ ਮੈਂਟਲ ਪ੍ਰੋਬਲਮ ਆ ਕੋਈ ਐਂਜਾਇਟੀ ਆ ਕੋਈ ਸਟ्रेस ਆ ਵਧੀਆ ਜਾ ਕੇ ਕਿਸੇ ਥੈਰਾਪਿਸਟ ਨੂੰ ਮਿਲੋ ਓ ਫੈਮਿਲੀ ਦੇ ਨਾਲ ਟਾਈਮ ਸਪੈਂਡ ਕਰੋ ਕਿਉਂ ਨਸ਼ਾ ਕਰਨਾ ਤੇ ਜੇ ਤੁਸੀਂ ਨਸ਼ਾ ਕੋਈ ਕਰ ਹੀ ਲਿਆ ਹੈ ਕੋਈ दारू ਪੀ ਲਈ ਹੈ ਕੋਈ ਬੀਅਰ ਪੀ ਲਈ ਹੈ ਤੇ ਫਿਰ ਐਨਾ ਤੁਹਾਨੂੰ ਜ਼ਰੂਰੀ ਕੀ ਹੈ ਕਿ ਤੁਸੀਂ ਗੱਡੀ ਡਰਾਈਵ ਕਰਨੀ ਹੈ ਆਪਦੀ ਜਾਨ ਖਤਰੇ ਚ ਪਾਉਣੀ ਪਾਉਣੀ ਹੈ ਤੁਸੀਂ ਨਾਲ ਪਤਾ ਨਹੀਂ ਕਿੰਨਿਆਂ ਨੂੰ ਹੋਰ ਲੈ ਬੈਣਾ ਡਾਕਟਰ ਸਾਹਿਬ ਮੈਨੂੰ ਯਾਦ ਆਪਾਂ 2 ਦਿਨ ਪਹਿਲਾਂ ਇੱਕ ਖਬਰ ਕੀਤੀ ਸੀ ਕਿ ਰਾਤ ਨੂੰ 1:30 ਵਜੇ ਇੱਕ ਮੋਟਰਸਾਈਕਲ ਸਵਾਰ ਬਹੁਤ ਤੇਜ਼ ਨਿਕਲਿਆ ਸੀਗਾ ਤੇ ਬਾਅਦ ਵਿੱਚ ਉਹਨੂੰ ਪੁਲਸ ਵਾਲਿਆਂ ਨੇ ਰੋਕਣਾ ਚਾਹਿਆ ਉਹ ਰੁਕਿਆ ਨਹੀਂ ਸੀਗਾ ਅੱਗੇ ਜਾ ਕੇ ਉਹਨੇ ਕਾਰ ਦੇ ਵਿੱਚ ਮੋਟਰਸਾਈਕਲ ਮਾਰਿਆ ਆਪ ਵੀ ਮਰਿਆ ਤੇ ਉਹਨੇ ਕਾਰ ਵਾਲੇ ਨੂੰ ਵੀ ਮਾਰਤਾ ਉਹਦੇ ਬਾਰੇ ਪਤਾ ਲੱਗਿਆ ਕਿ ਉਹ ਬੰਦੇ ਦੇ ਕੋਲੇ ਡਰਗ ਸੀਗੀ ਜਦੋਂ ਉਹਨੇ ਪੁਲਿਸ ਵਾਲੇ ਨੂੰ ਦੇਖਿਆ ਤਾਂ ਉਹ ਦੇਖ ਕੇ ਡਰ ਗਿਆ ਤੇ ਡਰਗ ਹੋਣ ਕਰਕੇ ਉਹਨੂੰ ਡਰ ਸੀ ਕਿ ਫੜਿਆ ਨਾ ਜਾਵਾ ਸੋ ਉਹਨੇ ਵੀ ਸਿਮਿਲਰ ਜੀ ਬੇਵਕੂਫੀ ਕੀਤੀ ਟਿਕਟ ਤੋਂ ਡਰਦਾ ਹੋਇਆ ਜਾਂ ਕਹਿ ਲੋ ਕਿ ਆਪਣੀ ਡਰਗ ਤੋਂ ਡਰਦਾ ਹੋਇਆ ਉਹ ਆਪ ਤਾਂ ਮਰਿਆ ਹੀ ਮਰਿਆ ਨਾਲ ਉਹਨੇ ਇੱਕ ਬਜ਼ੁਰਗ 60 ਸਾਲ ਦੇ ਬੰਦੇ ਨੂੰ ਵੀ ਮਰਵਾ ਦਿੱਤਾ ਸੀਗਾ